Hey guys, subscribe and press the bell icon to never miss a video from Gabru. ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜਿਸ ਸਿੰਗਰ ਨੇ ਇੱਕ ਕੁੜੀ ਦੇ ਪਿੱਛੇ ਕਾਫੀ ਪ੍ਰਪੋਜ਼ ਵੀ ਮੋੜਤੇ ਸੀ, ਜਿਨਨੇ ਕੁੜੀ ਨੂੰ ਕਾਫੀ ਝਿੜਕਾਂ ਵੀ ਪਵਾਈਆਂ ਸੀ ਆਪਣੇ ਘਰਦਿਆਂ ਤੋਂ, ਜਿਨਨੇ ਹਰ ਵਾਰ ਇਹ ਕਿਹਾ ਕਿ ਯਾਰ ਜਿੱਥੇ ਕਹੋਗੇ ਡ੍ਰੌਪ ਤੁਹਾਨੂੰ ਕਰ ਦਿਆਂਗੇ, ਬੈਠਿਓ ਗੱਡੀ 'ਚ ਪਰ ਜੁੱਤੀ ਚਾੜ ਗਏ ਜੀ. ਆਉਣੇ ਮੈਂ ਤਾਂ ਵਿਰਕ, ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ 2013 ਦੇ ਵਿੱਚ ਪ੍ਰਪੋਜ਼ਲ ਗਾਣਾ ਰਿਲੀਜ਼ ਕਰਕੇ, ਤੇ ਹੁਣ ਤੱਕ ਕਈ ਮੁੰਡੇ ਇਸ ਗਾਣੇ ਨੂੰ ਸੁਣਾਉਂਦੇ ਨੇ ਕੁੜੀ ਨੂੰ ਇੰਪ੍ਰੈਸ ਕਰਨ ਦੇ ਲਈ ਵੀ. ਤੇ ਉਸ ਤੋਂ ਬਾਅਦ ਗਾਣਾ ਆਇਆ ਹਾਰ ਜਾਣੀਆਂ, ਜੋ ਕਿ ਇੱਕ ਕੁੜੀ ਵੱਲੋਂ ਡੈਡੀਕੇਟ ਸੀ ਦੂਸਰੇ ਮੁੰਡੇ ਨੂੰ, ਜਿਹੜਾ ਕਿ ਉਹਨੂੰ ਬਹੁਤ ਹੀ ਜ਼ਿਆਦਾ ਤੰਗ ਕਰਦਾ ਸੀ. ਐਂਡ ਉਸ ਤੋਂ ਬਾਅਦ ਹੋਰ ਵੀ ਬਾਕੀ ਹਿੱਟ ਟਰੈਕਸ ਆਏ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ, ਜਿਵੇਂ ਕਿ ਝਿੜਕਾਂ, ਡ੍ਰੌਪ ਤਾਰਾ ਐਂਡ ਮੈਨੀ ਮੋਰ. ਗੱਲ ਕਰੀਏ ਰੀਸੈਂਟ ਅਪਡੇਟਸ ਦੀ ਤਾਂ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਵੈਬ ਸੀਰੀਜ਼ ਲਾਂਚ ਹੋਈ ਹੈ ਜਿਹਦਾ ਨਾਮ ਹੈ ਗੈਂਗਲੈਂਡ ਇਨ ਮਦਰਲੈਂਡ, ਜਿਹਦੇ ਵਿੱਚ ਸਾਨੂੰ ਮਹਿਤਾਬ ਵਿਰਕ ਦੇਖਣ ਨੂੰ ਮਿਲਦੇ ਨੇ. ਐਂਡ ਗਾਣਿਆਂ ਦੀ ਗੱਲ ਕਰੀਏ ਤਾਂ ਗਾਣਿਆਂ ਵਿੱਚੋਂ ਰੀਸੈਂਟ ਹੀ ਗਾਣਾ ਆਇਆ ਸੀ ਪੀਕਾਵੋ, ਜਿਹਨੇ ਯੂਟਿਊਬ ਦੇ ਉੱਤੇ ਕਾਫੀ ਮਿਲੀਅਨ ਵਿਊਜ਼ ਵੀ ਕਮਾ ਚੁੱਕੇ ਨੇ. ਹੁਣ ਗੱਲ ਆਉਂਦੀ ਹੈ ਮਹਿਤਾਬ ਵਿਰਕ ਦੇ ਆਉਣ ਵਾਲੇ ਨਵੇਂ ਪ੍ਰੋਜੈਕਟਸ ਬਾਰੇ. ਜੀ ਬਿਲਕੁਲ, ਮਹਿਤਾਬ ਵਿਰਕ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਉੱਤੇ ਆਪਣੇ ਨਵੇਂ ਗਾਣੇ ਦਾ ਪੋਸਟਰ ਵੀ ਸ਼ੇਅਰ ਕੀਤਾ, ਜਿਸ ਦਾ ਨਾਮ ਹੈ ਵਾਰੇ ਵਾਰੇ. ਦੇਖੋ ਤੁਸੀਂ ਵੀ. ਗਾਣੇ ਦੀ ਕ੍ਰੈਡਿਟ ਦੀ ਗੱਲ ਕਰੀਏ ਤਾਂ ਗਾਣੇ ਨੂੰ ਗਾਇਆ ਹੈ ਖੁਦ ਮਹਿਤਾਬ ਵਿਰਕ ਨੇ, ਲਿਰਿਕਸ ਦੇ ਕੰਪੋਜ਼ਰ ਨੇ ਧਰਮਵੀਰ ਪੰਗੂ ਜੀ, ਮਿਊਜ਼ਿਕ ਹੈ ਮਿਕਸ ਸਿੰਘ ਦਾ, ਜੋ ਕਿ ਆਪਣੀ ਨਵੀਂ ਐਲਬਮ ਪੀ ਦੇ ਨਾਲ ਵੀ ਤੁਹਾਡੇ ਸਾਹਮਣੇ ਜਲਦੀ ਹਾਜ਼ਰ ਹੋਣਗੇ. ਬਾਕੀ ਮਹਿਤਾਬ ਵਿਰਕ ਦਾ ਨਵਾਂ ਗਾਣਾ 18 ਮਾਰਚ ਨੂੰ ਰਿਲੀਜ਼ ਹੋਵੇਗਾ ਬਨਮੈਥ ਮਿਊਜ਼ਿਕ ਵੱਲੋਂ, ਅਤੇ ਤੁਸੀਂ ਗਾਣੇ ਦੀ ਐਕਸਾਈਟਮੈਂਟ ਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ, ਕਿਉਂਕਿ ਇਸ ਵਾਰ ਫਿਰ ਮਹਿਤਾਬ ਵਿਰਕ ਤੁਹਾਨੂੰ ਰੋਮੈਂਟਿਕ ਕਰਨ ਲਈ ਆ ਰਹੇ ਨੇ. ਸੋ ਜਾਣ ਲੱਗੇ ਗੱਭਰੂ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਈਏ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਜੀ. ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ. ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ.